ਬਹੁਤ ਸਾਰੇ ਦਰਸ਼ਕਾਂ ਦੀ ਸਾਨੂੰ ਇਹ ਰਾਏ ਸੀ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਕਿ ਇਸ ਪੱਖ ਦੇ ਮੁੱਦੇ ਤੇ ਕਿਉਂਕਿ ਸਾਡੀ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ ਮੈਂ ਅੱਗੇ ਵੀ ਕਹਿਣਾ ਹੁੰਦਾ ਹੈ ਕਿ ਤਿੰਨ ਮਾਂਵਾਂ ਹੁੰਦੀਆਂ ਨੇ ਇੱਕ ਧਰਤੀ ਮਾਂ ਇੱਕ ਸਾਡੀ ਮਾਂ ਜਿਹੜੀ ਜਨਮ ਦਿੰਦੀ ਏ ਇੱਕ ਮਾਂ ਬੋਲੀ ਮਾਂ ਬੋਲੀ ਦਾ ਸਵਾਲ ਹੈ ਇਸ ਕਰਕੇ ਇਹਦੇ ਤੇ ਗੱਲ ਜ਼ਰੂਰ ਕੀਤੀ ਜਾਵੇ ਤੇ ਉਹਨਾਂ ਦੇ ਤੁਹਾਡੇ ਹੁਕਮ ਨੂੰ ਮੰਨਦੇ ਹੋਏ ਅਸੀਂ ਇਸ ਵਿਸ਼ੇ ਨੂੰ ਛੋਹ ਰਹੇ ਹਾਂ ਇਹਨਾਂ ਦਿਨਾਂ ਵਿੱਚ ਪਾਰਲੀਮੈਂਟ ਦਾ ਮਾਨਸੂਨ ਰੁੱਤ ਦਾ ਵਰਖਾ ਰੁੱਤ ਦਾ اجلاس ਚੱਲ ਰਿਹਾ ਸੀ ਇਹ اجلاس ਕੁੱਲ 18 ਦਿਨ ਚੱਲਣਾ ਸੀ ਪਰ ਇਹ ਚੱਲਿਆ ਸਿਰਫ 10 ਦਿਨ ਕਿਉਂਕਿ ਕਿਸਾਨੀ ਮੁੱਦਾ ਹਾਵੀ ਹੋ ਗਿਆ ਹੰਗਾਮੇ ਤੇ ਹੰਗਾਮਾ ਹੋਣ ਲੱਗ ਪਿਆ ਇਸ ਕਰਕੇ ਸਰਕਾਰ ਨੇ ਕਾਲੀ-ਕਾਲੀ ਵਿੱਚ ਜਿਹੜੇ ਆਰਡੀਨੈਂਸ ਸੀਗੇ ਉਹਨਾਂ ਨੂੰ ਤੜਜ਼ੜ ਕਾਨੂੰਨ ਬਣਾਉਣਾ ਸ਼ੁਰੂ ਕਰ ਦਿੱਤਾ ਮੈਜ 10 ਦਿਨਾਂ ਦੇ ਸਮਾਗਮ ਚੱਲਿਆ ਸਿਰਫ 10 ਦਿਨ ਔਰ ਦਸਾਂ ਦਿਨਾਂ ਵਿੱਚ 25 ਬਿੱਲ ਜਿਹੜੇ ਉਹ ਕਾਨੂੰਨ ਬਣਾਤੇ ਗਏ ਇਹਦੇ ਨਾਲ ਹੀ ਵਿਰੋਧੀ ਧਿਰ ਨੇ ਫਿਰ ਜਦੋਂ ਇਹਦਾ ਸਮਾਗਮ ਦਾ ਬਾਈਕਾਟ ਸ਼ੁਰੂ ਕਰ ਦਿੱਤਾ ਸਰਕਾਰ ਨੂੰ ਮੌਕਾ ਮਿਲ ਗਿਆ ਜਾਂਦੇ ਜਾਂਦੇ ਉਹਨਾਂ ਕਹਿੰਿਆ ਚਲੋ ਵਗਦੀ ਗੰਗਾ 'ਚ ਹੱਥ ਧੋ ਲਓ ਸੱਤ ਹੋਰ ਜਿਹੜੇ ਆਰਡੀਨੈਂਸ ਸੀ ਉਹਨਾਂ ਨੂੰ ਵੀ ਕਾਨੂੰਨੀ ਸ਼ਕਲ ਦੇ ਦਿੱਤੀ ਗਈ ਉਹਨਾਂ ਵਿੱਚ ਹੀ ਇਹ ਪੰਜਾਬੀ ਨੂੰ ਉੱਥੋਂ ਬੇਦਖਲ ਕਰਨ ਵਾਲਾ ਬਿੱਲ ਵੀ ਸ਼ਾਮਿਲ ਹੈ ਜਿਹੜਾ ਕਿ ਕਾਨੂੰਨ ਬਣ ਚੁੱਕਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਹੁਣ ਇੱਕ ਜੁੱਟ ਸੂਬਾ ਨਹੀਂ ਰਿਹਾ ਇਹਦੇ ਤਿੰਨ ਹਿੱਸੇ ਕੀਤੇ ਜਾ ਚੁੱਕੇ ਆ ਇੱਕ ਕਸ਼ਮੀਰ ਇੱਕ ਜੰਮੂ ਰੀਜਨ ਤੇ ਇਕ ਲਦਾਖ ਇਹਨਾਂ ਵਿੱਚੋਂ ਜੰਮੂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਕਾਫੀ ਵੱਡੀ ਤਾਦਾਦ ਹੈ ਕਿਉਂਕਿ ਜੰਮੂ ਕਸ਼ਮੀਰ ਹੁਣ ਇੱਕ ਖੁਦਮੁਖਤਾਰ ਸਟੇਟ ਨਹੀਂ ਇੱਕ ਪੂਰਾ ਰਾਜ ਨਹੀਂ ਇੱਕ ਜੋਟ ਰਾਜ ਨਹੀਂ ਕੇਂਦਰ ਸਰਕਾਰ ਦੇ ਅਧੀਨ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਇਸ ਕਰਕੇ ਉੱਥੇ ਜੋ ਵੀ ਫੈਸਲਾ ਕਰਨਾ ਹੈ ਉਹ ਕੇਂਦਰ ਸਰਕਾਰ ਨੇ ਕਰਨਾ ਹੈ ਕੇਂਦਰ ਦੀ ਮਰਜ਼ੀ ਚੱਲਣੀ ਹੈ ਉਸੇ ਸਰਕਾਰ ਨੇ ਆਪਣੀ ਸ਼ਕਤੀ ਵਰਤਦੇ ਹੋਏ ਹੁਣ ਫੈਸਲਾ ਕੀਤਾ ਉੱਥੇ ਸਰਕਾਰੀ ਭਾਸ਼ਾ ਐਕਟ ਲਾਗੂ ਕਰਨ ਦਾ ਜਿਹਦੇ ਤਹਿਤ ਪੰਜ ਜ਼ਬਾਨਾਂ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ ਔਰ ਮਾਂ ਬੋਲੀ ਪੰਜਾਬੀ ਦੀ ਜਿਹੜੀ ਇਹ ਮਾਨਤਾ ਖੋਹੀ ਗਈ ਹੈ ਪੰਜ ਜ਼ਬਾਨਾਂ ਜਿਨ੍ਹਾਂ ਨੂੰ ਸਰਕਾਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ ਉਹ ਨੇ ਕਸ਼ਮੀਰੀ ਉਰਦੂ ਹਿੰਦੀ ਡੋਗਰੀ ਅਤੇ ਅੰਗਰੇਜ਼ੀ ਜਦਕਿ ਪੰਜਾਬੀ ਨੂੰ ਕੇ ਸ਼ਾਈ ਨਾਲ ਨਨਸਾਫੀ ਕਰਦੇ ਹੋਏ ਇਸ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਇਥੇ ਇਹ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਾਂ ਕਿ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਜੰਮੂ ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਪਾਸ਼ਾ ਦਾ ਦਰਜਾ ਮਿਲਿਆ ਰਿਹਾ ਹੈ। ਔਰ ਹੁਣ ਤੱਕ ਉਹ ਕਾਇਮ ਸੀ ਸਰਕਾਰ ਦਾ ਮਨਸ਼ਾ ਉਦੋਂ ਹੀ ਜ਼ਾਹਰ ਹੋਣ ਲੱਗ ਪਿਆ ਸੀ ਪੰਜਾਬੀ ਪਿਆਰਿਆਂ ਦੇ ਮਨਾਂ ਵਿੱਚ ਤੌਖਲਾ ਸੀ ਕਿ ਜਦੋਂ ਜੰਮੂ ਕਸ਼ਮੀਰ ਚੋਂ ਧਾਰਾ 370 ਹਟਾ ਲਈ ਗਈ ਸੀ ਤੇ ਇਹਨੂੰ ਤਿੰਨ ਹਿੱਸਿਆਂ ਵਿੱਚ ਵੜਦਤਾ ਗਿਆ ਸੀ ਉਦੋਂ ਤੋਂ ਇੱਕ ਖਦਸ਼ਾ ਸੀ ਕਿ ਕੋਈ ਅਜੀਹਾ ਕੰਮ ਕੀਤਾ ਜਾਵੇਗਾ ਜਦੋਂ ਸੂਬਾ ਇਕੱਠਾ ਸੀ ਤੇ ਜੇ ਦੀ ਭੂਗੋਲਿਕ ਸਥਿਤੀ ਤੇ ਨਜ਼ਰ ਮਾਰੀਏ ਤਾਂ ਕਸ਼ਮੀਰ ਵਿੱਚ ਵੀ ਪੰਜਾਬੀਵਾਦੀ ਕਸ਼ਮੀਰ ਦੇ ਲੋਕ ਬੋਲਦੇ ਆ ਪਰ ਪੰਜਾਬੀ ਬੋਲਣ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਆ ਉਹ ਜੰਮੂ ਰੀਜਨ ਚ ਜੰਮੂ ਖੇਤਰ ਵਿੱਚ ਰਹਿੰਦੀ ਆ ਅਸਲ ਚ ਡੋਗਰੀ ਜਿਹੜੀ ਆ ਉਹ ਵੀ ਪੰਜਾਬੀ ਦੀ ਉਪਭਾਸ਼ਾ ਹੀ ਸੀ ਪਹਿਲਾਂ ਬਾਅਦ ਵਿੱਚ ਇਹ ਵੱਖ ਜ਼ਬਾਨ ਬਣੀ ਹੈ ਤੇ ਇਹ ਬੜਾ ਹੀ ਅਨਿਆਪੂਰਨ ਫੈਸਲਾ ਇਥੇ ਗਰਲ ਦਾ ਹੋਰ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਕਿ ਜਦੋਂ ਪਾਰਟੀਸ਼ਨ ਹੋ ਗਈ ਦੇਸ਼ ਦੀ ਵੰਡ ਹੋ ਗਈ ਤੇ ਕਸ਼ਮੀਰ ਉਦੋਂ ਹਲੇ ਕਿਸੇ ਪਾਸੇ ਨਹੀਂ ਸੀ ਗਿਆ ਨਾ ਪਾਕਿਸਤਾਨ ਵਿੱਚ ਨਾ ਹਿੰਦੁਸਤਾਨ ਵਿੱਚ ਪੇਸ਼ਕਸ਼ਾਂ ਦੋਨਾਂ ਪਾਸੇ ਤੋਂ ਸੰ ਆਖਰ ਵਿੱਚ ਰਾਜਾ ਆਖਰੀ ਰਾਜਾ ਜਿਹੜਾ ਸੀ ਹਰੀ ਸਿੰਘ ਉਹਨੇ ਫੈਸਲਾ ਕੀਤਾ ਹਿੰਦੁਸਤਾਨ ਭਾਰਤ ਵਿੱਚ ਰਹਿਣ ਦਾ ਉਸ ਤੋਂ ਬਾਅਦ ਇਹਨੂੰ 370 ਧਾਰਾ ਦੇ ਤਹਿਤ ਵਿਸ਼ੇਸ਼ ਉਤਪੰਨਤਾ ਗਿਆ ਇਥੋਂ ਦੇ ਮੁੱਖ ਮੰਤਰੀ ਨੂੰ ਵਜ਼ੀਰ ਆਜ਼ਮ ਕਿਹਾ ਜਾਣ ਲੱਗਾ ਔਰ ਇਹਦਾ ਵੱਖਰਾ ਝੰਡਾ ਸੀ ਤੇ ਇਹਦੇ ਪਹਿਲੇ ਵਜ਼ੀਰ ਆਜ਼ਮ ਜਿਹੜੇ ਸੀ ਉਹ ਇੱਕ ਪੰਜਾਬੀ ਸਨ ਜਿਹਨਾਂ ਦਾ ਨਾਮ ਸੀ ਸ਼੍ਰੀ ਮੇਰ ਚੰਦ ਮਹਾਜਨ ਬੜੇ ਪੰਜਾਬੀ ਪਿਆਰੇ ਸਨ ਉਹਨਾਂ ਨੇ ਪੰਜਾਬੀ ਦੇ ਵਿਕਾਸ ਲਈ ਕਾਫੀ ਸ਼راہਾਯੋਕ ਕੰਮ ਆਪਣੇ ਸਮੇਂ ਦੌਰਾਨ ਕੀਤਾ ਅੱਛਾ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਵਿੱਚ ਇਸ ਅਨਿਆਪੂਰਨ ਫੈਸਲੇ ਦਾ ਤਿੱਖਾ ਵਿਰੋਧ ਹੋ ਰਿਹਾ ਔਰ ਹੋਰ ਆਉਣ ਵਾਲੇ ਦਿਨਾਂ ਵਿੱਚ ਇਸ ਵਿਰੋਧ ਦੇ ਪ੍ਰਚੰਡ ਹੋਣ ਦੀ ਤਵਕਕੁ ਹੈ ਪੰਜਾਬੀ ਬੁੱਧੀਜੀਵੀ ਪੰਜਾਬੀ ਜਥੇਬੰਦੀਆਂ ਨੇ ਲੇਖਕਾਂ ਨੇ ਦਾਨਿਸ਼ਵਰਾਂ ਨੇ ਕਲਾਕਾਰਾਂ ਨੇ ਡਟ ਕੇ ਇਸ ਸਵਰੋਧ ਕੀਤਾ ਔਰ ਕਰ ਰਹੇ ਨੇ ਪਾਰਲੀਮੈਂਟ ਵਿੱਚ ਚੁਣੇ ਹੋਏ ਨੁਮਾਇੰਦੇ ਜਿਹੜੇ ਸਾਬਕਾ ਕੇਂਦਰੀ ਸੂਚਨ ਤੇ ਪ੍ਰਸਾਰਣ ਮੰਤਰੀ ਮਨੀਸ਼ ਦਿਵਾੜੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਵਿੱਚ ਪੰਜਾਬੀ ਮਾਂ ਬੋਲੀ ਦੀ ਵਕਾਲਤ ਕੀਤੀ ਪੰਜਾਬੀ ਦਾ ਰਤਬਾ ਬਹਾਲ ਕਰਨ ਦੇ ਪੱਖੋਂ ਦਲੀਲਾਂ ਦਿੱਤੀਆਂ ਔਰ ਕੇਂਦਰ ਸਰਕਾਰ ਨੂੰ ਇਹ ਅਨਿਆਪੂਰਨ ਫੈਸਲਾ ਤਕੇਸ਼ਾਈ ਵਾਲਾ ਫੈਸਲਾ ਵਾਪਸ ਲੈਣ ਲਈ ਅਪੀਲ ਕੀਤੀ ਉਹ ਬਹੁਤ ਸ਼ਲਾਘਾਯੋਗ ਹੈ ਤੇ ਪਹਿਲੇ ਦਿਨ ਹੀ ਜਦੋਂ ਜਦੋਂ ਇਹ ਸੈਸ਼ਨ ਸ਼ੁਰੂ ਹੋਇਆ ਮਾਨਸੂਨ ਰਤਦਾ ਮਨੀਸ਼ तिवारी ਉੱਠ ਕੇ ਖੜੇ ਹੋਏ ਤੇ ਉਹਨਾਂ ਨੇ ਇਹ ਮੁੱਦਾ ਉਠਾਇਆ ਔਰ ਜ਼ੋਰਦਾਰ ਟਾਂਗ ਨਾਲ ਇਤੇ ਬੋਲੇ ਤੇ ਨਾਲ ਦੁੱਖ ਦੀ ਗੱਲ ਇਹ ਵੀ ਹੈ ਕਿ ਬਾਕੀ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਸੀ ਉਹ ਮੂੰਹ ਵਿੱਚ ਕੁੰਗੜੀਆਂ ਪਾ ਕੇ ਬੈਠੇ ਰਹੇ ਉਹ ਨਹੀਂ ਬੋਲੇ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਮਨੀਸ਼ Tiwari ਹੋਰਾਂ ਨੇ ਲੋਕ ਸਭਾ 'ਚ ਪੇਸ਼ ਕੀਤਾ ਆਪਣਾ ਪੱਖ ਪੰਜਾਬੀ ਦੇ ਹੱਕ ਵਿੱਚ ਡਟ ਕੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਦੇ ਮੈਂਬਰ ਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼੍ਰੀ ਆਈ ਕੇ ਗੁਜਰਾਲ ਦੇ ਸੁਪੁੱਤਰ ਨਰੇਸ਼ ਗੁਜਰਾਲ ਨੇ ਪੰਜਾਬੀ ਭਾਸ਼ਾ ਨਾਲ ਹੋਏ ਇਸ ਧੱਕੇ ਦਾ ਡਟ ਕੇ ਵਿਰੋਧ ਕੀਤਾ ਪਰ ਕੇਂਦਰ ਵਿੱਚ ਉਹਨਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਰਕਾਰ ਤੇ ਇਸ ਦਾ ਮਾਸਾ ਵੀ ਅਸਰ ਨਹੀਂ ਹੋਇਆ ਜਿਹਨੂੰ ਪੂਰਾ ਵੀ ਅਸਰ ਨਹੀਂ ਹੋਇਆ ਇਸ ਫੈਸਲੇ ਦਾ ਵਿਰੋਧ ਇਸ ਕਰਕੇ ਵੀ ਜ਼ਿਆਦਾ ਹੋ ਰਿਹਾ ਕਿ ਇਹ ਫੈਸਲਾ ਕਰਨ ਤੋਂ ਪਹਿਲਾਂ ਕੋਈ ਸਰਵੇ ਨਹੀਂ ਕਰਵਾਇਆ ਗਿਆ ਕੋਈ ਗਰਾਊਂਡ ਰਿਪੋਰਟ ਤਿਆਰ ਨਹੀਂ ਕੀਤੀ ਗਈ ਕੋਈ ਅੰਕੜੇ ਨਹੀਂ ਇਕੱਤਰ ਕੀਤੇ ਗਏ ਕੋਈ ਜਾਂਚ ਪੜਤਾਲ ਦੀ ਲੋੜ ਨਹੀਂ ਸਮਝੀ ਗਈ ਬਸ ਕੇਂਦਰ ਦੇ ਮਨ ਚ ਆਇਆ ਕਿ ਪੰਜਾਬੀ ਨੂੰ ਲਾਂਬੇ ਕਰਨਾ ਹੈ ਉਹਨਾਂ ਨੇ ਇਹ ਇੱਕ ਪਾਸੜ ਤੇ ਅਨਿਆਪੂਰਨ ਫੈਸਲਾ ਕਰਕੇ ਪੰਜਾਬੀ ਪਿਆਰਿਆਂ ਦੇ ਮਨਾਂ ਨੂੰ ਠੇਸ ਪਹਾਈਏ ਹੁਣ ਤਰਕ ਸੁਣ ਲਓ ਕੀ ਹੈ ਦਲੀਲ ਕੀ ਹੈ ਪੰਜਾਬੀ ਨੂੰ ਬੇਦਖਲ ਕਰਨ ਦੀ ਦਲੀਲ ਕੀ ਹੈ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਬੈਲ ਪੇਸ਼ ਕਰਦਿਆਂ ਇਹ ਕਿਹਾ ਕਿ ਜੰਮੂ ਰੀਜਨ ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1.78 ਫੀਸਦੀ ਹੈ ਇਸ ਲਈ ਪੰਜਾਬੀ ਨੂੰ ਇਹ ਰਤਬਾ ਨਹੀਂ ਦਿੱਤਾ ਜਾ ਸਕਦਾ ਪਹਿਲਾਂ ਵੀ ਤਾਂ ਗਿਣਤੀ ਇੰਨੀ ਸੀ ਪਹਿਲਾਂ ਕਿਵੇਂ ਮਿਲਿਆ ਹੋਇਆ ਸੀ ਚਾਹੇ ਜੰਮੂ ਕਸ਼ਮੀਰ ਦੇ ਆਲਮ ਫਾਜ਼ਲ ਪੱਤਰਕਾਰ ਲੇਖਕ ਬੁੱਧੀਜੀਵੀ ਧਾਨੇਸ਼ਵਰ ਕਲਮਕਾਰ ਸਾਰਿਆਂ ਨੇ ਡਟ ਕੇ ਮਾਂ ਬੋਲੀ ਦੇ ਹੱਕ ਵਿੱਚ ਆਵਾਜ਼ ਉਠਾਈ ਹੈ ਕੇਂਦਰ ਸਰਕਾਰ ਦੇ ਫੈਸਲੇ ਦੀ ਇਕਜੁੱਟ ਹੋ ਕੇ ਮੁਖਾਲਫਤ ਕੀਤੀ ਹੈ ਵਿਰੋਧਤਾ ਕੀਤੀ ਹੈ ਇਹਨੂੰ ਆਪੋਜ਼ ਕੀਤਾ ਪਰ ਕੇਂਦਰ ਸਰਕਾਰ ਫੇਰ ਵੀ ਟਾਸ ਤੋਂ ਮਸਨੇ ਹੋਈ ਤੇ ਇਸ ਬਿੱਲ ਨੂੰ ਕਾਨੂੰਨ ਬਣਾ ਕੇ ਹੀ ਉਹਨੇ ਸਾਲਿਆ ਇਹ ੱਦਕਾ ਪੰਜਾਬੀ ਮਾਂ ਬੋਲੀ ਨਾਲ ਪਹਿਲੀ ਵਾਰੀ ਨਹੀਂ ਹੋਇਆ ਮੈਂ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਜਾਵਾਂ ਜਦੋਂ ਭਜਨ ਲਾਲ ਦੀ ਸਰਕਾਰ ਸੀ ਕਾਂਗਰਸ ਦੀ ਹਰਿਆਣਾ ਵਿੱਚ ਤੇ ਕਿੱਡੀ ਹਾਸੋਹਿਣੀ ਗੱਲ ਹੈ ਕਿ ਪੰਜਾਬੀ ਬਹੁਤ ਵੱਡੀ ਗਿਣਤੀ ਵਿੱਚ ਕਿਉਂਕਿ ਪਹਿਲਾਂ ਹਰਿਆਣਾ ਪੰਜਾਬ ਦਾ ਹੀ ਹਿੱਸਾ ਸੀ ਬਹੁਤ ਵੱਡੀ ਗਿਣਤੀ ਵਿੱਚ ਪੰਜਾਬੀ ਵਸਤੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ ਖੋਲਿਆ ਗਿਆ ਉਹਨੂੰ ਰੱਦ ਕਰਕੇ ਤੇ ਭਜਨ ਲਾਲ ਨੇ ਕਿਹੜੀ ਭਾਸ਼ਾ ਨੂੰ ਦਿੱਤਾ ਤੈਲਗੂ ਜਿਹੜਾ ਕਿ ਮੇਰਾ ਖਿਆਲ ਸਿਆਣਾ ਬੰਦਾ ਵੀ ਸਮਝ ਸਕਦਾ ਹੈ ਭਈ ਕਿਹਾ ਜਾਂਦਾ ਸੀ ਉਦੋਂ ਇਹ ਕਿ ਸ਼ਾਇਦ ਤੈਲਗੂ ਬੋਲਣ ਵਾਲਿਆਂ ਦੀ ਗਿਣਤੀ 100 ਵੀ ਨਾ ਹੋਵੇ ਕਿੰਨੀ ਵੱਡੀ ਅਨਿਆਪੂਰਣ ਇਹ ਇੱਕ ਗੱਲ ਸੀ ਇਸੇ ਤਰ੍ਹਾਂ ਨਾਲ ਹੀ ਲੱਗਦਾ ਹੁਣ ਰਾਜਸਥਾਨ ਸੂਬਾ ਜਿਹੜਾ ਉੱਥੇ ਵੀ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਸੀ ਉਹ ਵੀ ਵਾਪਸ ਲੈ ਲਿਆ ਗਿਆ ਉਹਦਾ ਵੀ ਵਿਰੋਧ ਹੋ ਰਿਹਾ ਇਸ ਤਰ੍ਹਾਂ ਪੰਜਾਬੀ ਭਾਸ਼ਾ ਦੇ ਮਗਰ ਲਾਠ ਲੈ ਕੇ ਪਏ ਹੋ ਜਿਹੜੇ ਲੋਕ ਨੇ ਉਹ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਵਿਰੋਧੀ ਹੋਣ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦੇ ਇਥੇ ਪੰਜਾਬ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਉਹਨੂੰ ਵੀ ਮਤਾ ਪਾਸ ਕਰਕੇ ਸਰਬਸੰਮਤੀ ਨਾਲ ਇਹ ਮਤਾ ਪਾਸ ਹੋ ਜਾਣਾ ਉਕੇ ਸਾਰੇ ਮਾਂ ਬੋਲੀ ਨੂੰ ਮਾਂ ਬੋਲੀ ਬੰਦੇ ਨੇ ਕੇਂਦਰ ਸਰਕਾਰ ਤੱਕ ਜ਼ੋਰਦਾਰ ਪਹੁੰਚ ਕਰਨੀ ਚਾਹੀਦੀ ਸੀ ਹੁਣ ਵੀ ਕਰਨ ਸ਼ਾਇਦ ਗੱਲ ਬਣ ਜਾਏ ਸ਼ਾਇਦ ਹੀ ਮੈਂ ਕਿਹਾ ਪਰ ਉਹਨੇ ਨਹੀਂ ਇਸ ਤਰ੍ਹਾਂ ਕੀਤਾ ਅਸੀਂ ਇਹ ਇੱਕ ਸੁਝਾਅ ਦੇਣਾ ਚਾਹੁੰਦੇ ਆ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਮਾਂ ਬੋਲੀ ਪ੍ਰਤੀ ਇੱਕ ਕਦਮ ਜ਼ਰੂਰ ਚੁਕਣਾ ਚਾਹੀਦਾ ਹੈ ਨਾ ਰਾਸ਼ਟਰਪਤੀ ਨੂੰ ਅਪੀਲਾ ਕਰੀ ਜਾਣ ਦਾ ਕੋਈ ਫਾਇਦਾ ਨਹੀਂ ਕਿ ਜੀ ਤੁਸੀਂ ਇਹ ਤੇ ਦਸਖਤ ਨਾ ਕਰਿਓ ਕਿਉਂਕਿ ਦਸਖਤ ਤਾਂ ਉਹਨਾਂ ਨੇ ਕਰ ਦਿੱਤੇ ਸਰਕਾਰਾਂ ਨੇ ਤਾਂ ਆਪਣੀਆਂ ਮਾਨਾਈਆਂ ਕਰੀ ਜਾਣੀਆਂ ਸਰਕਾਰ ਅੱਜ ਹੈ ਕੱਲ ਨਹੀਂ ਹੈ ਪਰ ਬੋਲੀ ਸਦਾਈ ਹੈ ਅਸੀਂ ਪੰਜਾਬੀ ਪਿਆਰਿਆਂ ਨੂੰ ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਪੰਜਾਬੀ ਪਿਆਰਿਆਂ ਨੂੰ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਪਰਜੋਰ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਧਰਮਾ ਰੱਖਣ ਹੌਸਲਾ ਨਾ ਹਾਰਨ ਤੇ ਆਪਣੀ ਮਾਂ ਬੋਲੀ ਪੰਜਾਬੀ ਬੋਲਣ ਤੋਂ ਤਾਂ ਉਹਨਾਂ ਨੂੰ ਕੋ ਰੋਕ ਨਹੀਂ ਸਕਦਾ ਆਪਣੀ ਮਾਂ ਬੋਲੀ ਨਾਲ ਪਿਆਰ ਨੂੰ ਇਸੇ ਤਰ੍ਹਾਂ ਬਣਾਈ ਰੱਖਣ ਸਰਕਾਰਾਂ ਜਿਹੜੀਆਂ ਨਾ ਇਹ ਰੁੱਖ ਦੀ ਛਾਂ ਵਾਂਗ ਹੁੰਦੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਅੱਜ ਹੈ ਸਰਕਾਰ ਕਿਸੇ ਦੀ ਕੱਲ ਨਹੀਂ ਹੈ ਪਰ ਮਾਂ ਬੋਲੀ ਤਾਂ ਸਦਾ ਹੀ ਕਾਇਮ ਹੈ ਇਹ ਤਾਂ ਜੁਗਾ ਜੁਗਾ ਤੋਂ ਚੱਲੀ ਆ ਰਹੀ ਹੈ ਬਾਬਾ ਫਰੀਦ ਸਾਹਿਬ ਤੋਂ ਲੈ ਕੇ ਇਸ ਕਰਕੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਪਿਆਰੇ ਨੇ ਉਹਨਾਂ ਨੂੰ ਸਿੱਧਕੀ ਦੀ ਰੱਖਣੀ ਚਾਹੀਦੀ ਆ ਔਰ ਆਪਣੀ ਮਾਂ ਬੋਲੀ ਨਾਲ ਆਪਣਾ ਲਗਾਓ ਸਨੇਹ ਪਿਆਰ ਉਹ ਬਣਾਈ ਰੱਖਣਾ ਚਾਹੀਦਾ ਇਹ ਮੈਂ ਇਸ ਕਰਕੇ ਅਪੀਲ ਕਰਦਾ ਹਾਂ ਬਾਰ-ਬਾਰ ਕਿ ਹੋ ਸਕਦਾ ਲੋਕਾਂ ਦੀ ਇੱਕ ਜੁਟਤਾ ਲੋਕਾਂ ਦਾ ਆਪਣੀ ਮਾਂ ਬੋਲੀ ਪ੍ਰਤੀ ਸਨੇਹ ਤੇ ਪਿਆਰ ਸਰਕਾਰ ਨੂੰ ਕਿਸੇ ਸਮੇਂ ਇਹ ਸੋਚਣ ਲਈ ਮਜਬੂਰ ਕਰ ਦੇਵੇ ਕਿਉਂਕਿ ਸੰਸਾਰ ਆਸਥਿਕ ਹੈ ਨਾ ਕਿ ਸਰਕਾਰ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰੇ ਤੇ ਪੰਜਾਬੀ ਨੂੰ ਉਹਦਾ ਬਣਦਾ ਜਿਹੜਾ ਸਥਾਨ ਉਹ ਦੁਬਾਰਾ ਹਾਸਲ ਹੋ ਸਕੇ ਇਸੇ ਆਸ ਤੇ ਨਾਲ ਅਸੀਂ ਇਹ ਐਪੀਸੋਡ ਸਮਾਪਤ ਕਰਨ ਦੀ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਜੇ ਐਪੀਸੋਡ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਆਪਣੀ ਰਾਏ ਜ਼ਰੂਰ ਦਿਓ ਤੁਹਾਡੀ ਰਾਏ ਦਾ ਹਮੇਸ਼ਾ ਸਾਨੂੰ ਇੰਤਜ਼ਾਰ ਰਹਿੰਦਾ ਹੈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ